ਐਂਕਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਕਿ ਤੂੰ ਮੇਰੀ ਗੱਲ ਸੁਣ ਲੈ ਲੇਕਿਨ ਉਹ ਮੋਟਰਸਾਈਕਲ ਤੇ ਬੈਠਾ ਉਹਦੀ ਅੱਖਾਂ ਦੇ ਅੰਸੂ ਤੂੰ ਸਿ ਨਹੀਂ ਵੇਖ ਸਕਦੇ ਐਂਕਰ ਨੇ ਵੇਖ ਲੈਨੇ ਜਿੱਡਾ ਇਸ ਟਾਈਮ ਕਦੀਰ ਦੁਖੀ ਏ ਉਹ ਐਂਕਰ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦਾ ਮੋਟਰਸਾਈਕਲ ਕਮਾ ਕੇ ਉਹ ਜਾਣਾ ਚਾਹ ਰਿਹਾ ਲੇਕਿਨ ਕਿਸਮਤ ਉਹਦੀ ਵਿਚਾਰਦੀ ਮੋਟਰਸਾਈਕਲ ਸਟਾਰਟ ਨਹੀਂ ਹੋ ਰਹੀ ਸੀ ਤੇ ਐਂਕਰ ਉਹਦੇ ਕੋਲ ਪਹੁੰਚ ਗਿਆ ਅੱਜ ਤੱਕ ਐਨੇ ਦਿਨ ਹੋ ਗਏ ਨੇ ਇਸ ਕੇਸ ਨੂੰ ਕਦੀਰ ਹੋਂ ਤੱਕ ਮੰਜਰੇ ਆਮ ਤੇ ਕਿਉਂ ਨਹੀਂ ਆਇਆ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆ ਰਿਹਾ ਇਹਦੀ ਕੀ ਵਜ੍ਹਾ ਉਹ ਭਾਈ ਉਹਨੇ ਆਣਾ ਵੀ ਨਹੀਂ ਮੀਡੀਆ ਤੇ ਉਹ ਕਿਉਂ ਉਹ ਕਿਵੇਂ ਆ ਸਕਦਾ ਹੈ ਤੁਸੀਂ ਉਹ ਤਾਂ ਦੁੱਖ ਨਹੀਂ ਸਮਝ ਸਕਦੇ ਕਦੀਰ ਦਾ ਇਸ ਟਾਈਮ ਜਿੰਨਾ ਪਰੇਸ਼ਾਨ ਉਹ ਕਦੀਰ ਹੈ ਨਾ ਕੋਈ ਵੀ ਨਹੀਂ ਹੈਗਾ ਦੇਖੋ ਜ਼ਾਰਾ ਦਾ ਪਿਓ ਉਹ ਆਪਣੀ ਜਗ੍ਹਾ ਤੇ ਦੁਖੀ ਏ ਲੇਕਿਨ ਉਹਦੀ ਧੀ ਏ ਉਹ ਪਿਓ ਏ ਧੀ ਦਾ ਕਤਲ ਹੋ ਗਿਆ ਪਿਓ ਖੁੜਤਾ ਏ ਉਹਦਾ ਖਾਨਦਾਨ ਅਜੇ ਉਹਦੇ ਨਾਲ ਨੇ ਉਹਦੇ ਪੁੱਤਰ ਵੀ ਨਾਲ ਨੇ ਉਹਦੇ ਭਰਾ ਵੀ ਨਾਲ ਨੇ ਕਦੀਰ ਦਾ ਦੁੱਖ ਇਹ ਹੈ ਕਿ ਇੱਕ ਤੇ ਉਹਦੀ بیوی ਤੇ ਨਾਮ ولود ਬੱਚਾ ਕਤਲ ਹੋ ਗਏ ਦੂਸਰਾ ਕਤਲ ਕਰਨ ਵਾਲਾ ਕੌਣ ਉਹਦੀ ਮਾਂ ਉਹਦੀ ਭੈਣ ਯਾਰ ਸੌਰੇ ਵੀ ਗਏ ਮਾਂ ਵੀ ਵਿਗਿਆ ਉਹ ਖੋ ਗਏ ਸੈਂਟਰ ਜਿੱਕਲਾ ਦੱਸ ਕਿੱਥੇ ਜਾਵੇ ਸਿਆਣਿਆਂ ਦਾ ਕਹਿਣਾ ਮੇਰੀ ਸੱਚੀਆਂ ਗੱਲਾਂ ਨੇ ਮੈਨੂੰ ਮਾਫ ਕਰਦਣਾ ਸਿਆਣੇ ਕਹਿੰਦੇ ਨੇ ਸੌਰੇ ਉਹਨੀ ਦੇਰ ਤੱਕ ਖੋਂਦੇ ਜਿੰਨੀ ਦੇਰ ਤੱਕ ਤੀ ਹੁੰਦੀ ਤੀ ਖਤਮ ਸੌਰੇ ਖਤਮ ਹੁਣ ਅਗੋਂ ਮਾਂ ਕੋਲ ਜਾ ਰਿਹਾ ਤੇ ਉਹ ਕਾਤਲ ਉਹ ਕਿਹਦੇ ਬਾਰੇ ਗੱਲ ਕਰੇ ਤੁਸੀਂ ਉਹਦਾ ਦੁੱਖ ਮੈਂ ਆਪਣੀ ਵੀਡੀਓ ਚ ਤੁਹਾਨੂੰ ਉਹਦੀ ਵੀਡੀਓ ਦਿਖਾਣ ਲੱਗਾ ਨਾਜ਼ਰੀਨ ਸਿਰਫ ਵੀਡੀਓ ਗੌਰ ਨਾਲ ਵੇਖਣਾ ਉਹਦੀ ਕਾਇਫੀਅਤ ਵੇਖਣਾ ਐ ਵੇਖੋ ਜਰਾ ਐਂਕਰ ਪਿੱਛੇ ਪਿੱਛੇ ਜਾ ਰਿਹਾ ਉਹਦੇ ਐਂਕਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਕਿ ਤੂੰ ਮੇਰੀ ਗੱਲ ਸੁਣ ਲੈ ਲੇਕਿਨ ਉਹ ਮੋਟਰਸਾਈਕਲ ਤੇ ਬੈਠਾ ਉਹਦੀ ਅੱਖਾਂ ਦੇ ਅੰਸੂ ਤੂੰ ਸਿ ਨਹੀਂ ਵੇਖ ਸਕਦੇ ਐਂਕਰ ਨੇ ਵੇਖ ਲੈਨੇ ਜਿੱਡਾ ਇਸ ਟਾਈਮ ਕਦੀਰ ਦੁਖੀਏ ਉਹ ਐਂਕਰ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦਾ ਮੋਟਰਸਾਈਕਲ ਕਮਾ ਕੇ ਉਹ ਜਾਣਾ ਚਾਹ ਰਿਹਾ ਲੇਕਿਨ ਕਿਸਮਤ ਉਹਦੀ ਵਿਚਾਰਦੀ ਮੋਟਰਸਾਈਕਲ ਸਟਾਰਟ ਨਹੀਂ ਹੋ ਰਹੀ ਸੀ ਤੇ ਐਂਕਰ ਉਹਦੇ ਧਿੱਕਰ ਪਹੁੰਚ ਗਿਆ ਕੈਮਰਾਮੈਨ ਹੀ ਪਹੁੰਚ ਗਿਆ ਲੇਕਿਨ ਉਹ ਗੱਲ ਨਹੀਂ ਕਰ ਸਕਦਾ ਉਹ ਰੋ ਰਿਹਾ ਉਹ ਅੰਦਰੋਂ ਵੀ ਰੋ ਰਿਹਾ ਉਹ ਬਾਹਰੋਂ ਵੀ ਰੋ ਰਿਹਾ ਉਹ ਕੀ ਕਵੇ ਕਿ ਕਤਲ ਮੇਰੀ ਮਾਂ ਤੇ ਭੈਣ ਨੇ ਕੀਤਾ ਕੀ ਕਵੇ ਕਤਲ ਹੋਣੀ ਮੇਰੀ بیوی ਤੇ ਨਾਮ ਉਦ ਬਚਾ ਉਹ ਯਾਰ ਸਾਡਾ ਇੱਕ ਮਰ ਜਾਵੇ ਇੱਕ ਮਰ ਜਾਵੇ ਨਾ ਤੇ ਸਾਡੇ ਨਾ ਤੌਰ ਘੁੰਮੇ ਹੁੰਦੇ ਨੇ ਸਮਝ ਨਹੀਂ ਆਂਦੀ ਕਿੱਧਰ ਜਾਈਏ ਓਏ ਉਹਦੀ بیوی ਕਤਲ ਹੋ ਗਈ ਉਹਦਾ ਨਾਮਲੂਦ ਬੱਚਾ ਕਤਲ ਹੋ ਗਿਆ ਤੇ ਕਤਲ ਕਰਨ ਵਾਲਾ ਕੌਣ ਉਹਦੀ ਮਾਂ ਉਹਦੀ ਭੈਣ ਓਏ ਯਾਰ ਕਦੀਰ ਕਿੱਥੇ ਜਾਵੇ ਯਾਰ ਮੈਨੂੰ ਇਹ ਤਾਂ ਦੱਸੋ ਤੁਸੀਂ ਬਾਰ ਬਾਰ ਕਹਿੰਦੇ ਕਦੀਰ ਸੋਸ਼ਲ ਮੀਡੀਆ ਤੇ ਨਹੀਂ ਆਂਦਾ ਸੋਸ਼ਲ ਮੀਡੀਆ ਤੇ ਨਹੀਂ ਆਂਦਾ ਉਹ ਸਾਡਾ ਤੁਹਾਡਾ ਮਰੇ ਤੇ ਸੋਸ਼ਲ ਮੀਡੀਆ ਤੇ ਗੱਲ ਕਰੋ ਤੁਹਾਨੂੰ ਲੱਗੇ ਪਤਾ ਸੋਸ਼ਲ ਮੀਡੀਆ ਨੇ ਆਵਾਜ਼ ਚੁੱਕੀ ਹੈ ਬਹੁਤ ਅੱਛਾ ਕੀਤਾ ਹੈ ਇਹ ਅੱਜ ਇਸ ਕੇਸ ਨੂੰ ਇੰਨੀ ਹਾਈਪ ਮਿਲੀ ਹੈ ਇਹ ਰੱਬ ਤੋਂ ਬਾਅਦ ਸੋਸ਼ਲ ਮੀਡੀਆ ਦੀ ਮਿਹਰਬਾਨੀ ਹੈ ਅਗਰ ਸੋਸ਼ਲ ਮੀਡੀਆ ਨਾ ਹੁੰਦਾ ਅੱਜ ਤੋਂ 50 ਸਾਲ ਪਹਿਲੇ ਜਦਾਂ ਮੈਂ ਘਰ ਦੇ ਵਿੱਚ ਧੀ ਭੈਣ ਨੂੰ ਟੁੱਕ ਸੁੱਟ ਦਿੰਦੇ ਸੀ ਇਹ ਵੀ ਕੇਸ ਲੁੱਕ ਜਾਣਾ ਸੀਗਾ ਲੇਕਿਨ ਯਾਰ ਉਸ ਮੁੰਡੇ ਦੀ ਮਜਬੂਰੀ ਸਮਝੋ ਉਹਦੀ بیوی ਕਤਲ ਹੋਈ ਏ ਨਾ ਮਲੂਦ ਬੱਚਾ ਕਤਲ ਹੋਇਆ ਤੇ ਕਤਲ ਕਰਨ ਵਾਲੀ ਉਹਦੀ ਮਾਂ ਹੈ ਉਹਦੀ ਭੈਣ ਹੈ ਉਹ ਕੀ ਸੋਸ਼ਲ ਮੀਡੀਆ ਤੇ ਆ ਕੇ ਦੱਸੇ ਕਿ ਮੇਰੀ ਮਾਂ ਕਾਤਲ ਹੈ ਮੇਰੀ بیوی ਕਤਲ ਹੋ ਗਈ ਉਹਨੇ ਨਹੀਂ ਆਣਾ ਸੋਸ਼ਲ ਮੀਡੀਆ ਤੇ ਉਹਨੂੰ ਲੈ ਕੇ ਵੀ ਨਾ ਆਓ

ਕਿੱਤੇ ਯਕੀਨ ਕਰੇ ਉਹ ਸੋਸ਼ਲ ਮੀਡੀਆ ਤੇ ਕੀ ਗੱਲ ਕਰੇ ਉਹਨੇ ਨਹੀਂ ਆਲਾ ਮੇਰਾ ਪੁੱਤ ਸੋਸ਼ਲ ਮੀਡੀਆ ਤੇ ਕਦੀ ਵੀ ਨਹੀਂ ਆਏਗਾ ਤੇ ਮੈਂ ਜਿਹੜੇ ਸੋਸ਼ਲ ਮੀਡੀਆ ਮੇਰੇ ਸਾਥੀ ਨੇ ਮੈਂ ਵੀ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਆ ਜਿਹੜੇ ਮੇਰੇ ਦੋਸਤ ਨੇ ਮੇਰੇ ਭਰਾ ਨੇ ਮੇਰੇ ਪੁੱਤਰ ਨੇ ਉਹਨਾਂ ਆਕੇ ਮੇਰੀ ਦਰਖਾਸਤ ਤੇ ਯਾਰ ਕੋਸ਼ਿਸ਼ ਕਰੋ ਕਦੀਰ ਨੂੰ ਮੀਡੀਆ ਦੇ ਸਾਹਮਣੇ ਨਾ ਲੈ ਕੇ ਆਓ ਸਿਰਫ ਉਹਦੇ ਸੇ ਦੁਆ ਕਰੋ ਉਹ ਬਹੁਤ ਪਰੇਸ਼ਾਨ ਹੈ ਅੱਲਾਹ ਪਾਕ ਉਹਦੇ ਸੇ ਸਾਨੀਆ ਪੈਦਾ ਫਰਮਾਏ ਜੀ ਵੀਵਰ ਜਿਸ ਤਰ੍ਹਾਂ ਕਿ ਤੁਸੀਂ ਬਾਬਾ ਜੀ ਦੀਆਂ ਗੱਲਾਂ ਸੁਨੀਆਂ ਨੇ ਇਹ ਹਕੀਕਤ ਇੱਕ ਤਨ ਹਕੀਕਤ ਹੈ ਕਿ ਗਮ ਗੁੱਸਾ ਸਾਨੂੰ ਵੀ ਹੈ ਉਹਦੇ ਬਾਪ ਨੂੰ ਵੀ ਹੈ ਲੇਕਿਨ ਹਰ ਬੰਦੇ ਦੀ ਅਲੱਗ-ਅਲੱਗ ਕਾਫੀਅਤ ਹੈ ਸਭ ਤੋਂ ਜ਼ਿਆਦਾ ਜਿਹੜਾ ਜ਼ੁਲਮ ਦਾ ਪਹਾੜ ਟੁੱਟਾ ਹੈ ਉਹ ਉਸ ਕਦੀਰ ਵਾਸਤੇ ਆ ਜਿਹੜਾ ਇਸ ਟਾਈਮ ਗਲੀਆਂ ਦੀ ਖਾਕ ਛਾਂਦਾ ਫਿਰਦਾ ਹੈ ਆਪਣੇ ਬੇਟੇ ਨੂੰ ਲੈ ਕੇ